ਪੁੱਤ ਨੇ ਜੂਏ ਦੇ ਵਿੱਚ ਹਾਰੇ ਸੀ 25 ਲੱਖ ਰੁਪਏ, ਤਾਂ ਕਰਕੇ ਕੀਤਾ ਪਿਓ ਦਾ ਕਤਲ। ਪੁਲਿਸ ਨੇ ਪੁੱਤ ਨੂੰ ਗ੍ਰਿਫਤਾਰ ਕਰ ਲਿਆ। ਦੱਸਦੀ ਹੈ ਕਿ ਗੱਡੀ ਤੇ ਹੋਏ ਹਮਲੇ ਦੇ ਵਿੱਚ ਹੁਣ ਨਵਾਂ ਮੋੜ ਸਾਹਮਣੇ ਆਇਆ। ਇਹ ਲੁੱਟ ਨਹੀਂ ਸੀ ਬਲਕਿ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਵਾਰਦਾਤ ਕੀਤੀ ਗਈ ਸੀ, ਉਹ ਵੀ ਕਿਸੇ ਹੋਰ ਨੇ ਨਹੀਂ ਸਗੋਂ ਪੁੱਤ ਨੇ ਹੀ ਆਪਣੇ ਪਿਓ ਦਾ ਕਤਲ ਕੀਤਾ ਸੀ। ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮਰਾੜ ਕਲਾਂ ਦੇ ਵਿੱਚ ਕਾਰ ਸਵਾਰਾਂ ਤੇ ਹੋਏ ਹਮਲੇ ਦੇ ਵਿੱਚ ਹੁਣ ਇੱਕ ਨਵਾਂ ਮੋੜ ਸਾਹਮਣੇ ਆਇਆ। ਜਿਸ ਸ਼ਖਸ ਦਾ ਕਤਲ ਕੀਤਾ ਗਿਆ ਸੀ ਉਸਦੇ ਪੁੱਤ ਨੇ ਹੀ ਇਹ ਵਾਰਦਾਤ ਕੀਤੀ ਸੀ। ਦੱਸਦੀ ਹੈ ਕਿ 25 ਲੱਖ ਰੁਪਏ ਆਨਲਾਈਨ ਜੂਏ ਦੇ ਵਿੱਚ ਹਾਰ ਗਿਆ ਔਰ ਉਸਦੇ ਪਿਤਾ ਨੇ ਜਦੋਂ ਪੈਸੇ ਮੰਗੇ ਤਾਂ ਇਸਦੇ ਵੱਲੋਂ ਇਹ ਵਾਰਦਾਤ ਕੀਤੀ ਗਈ। ਉਸਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਸਨੇ ਚੰਡੀਗੜ੍ਹ ਪੈਸੇ ਕਿਸੇ ਕੰਪਨੀ ਦੇ ਵਿੱਚ ਲਗਾਏ ਹੋਏ ਨੇ। ਹੁਣ ਜਦ ਪਿਤਾ ਨੇ ਉਸ ਤੋਂ ਪੈਸਿਆਂ ਸੰਬੰਧੀ ਮੰਗ ਕੀਤੀ ਤਾਂ ਪਿਆਰਜੀਤ ਸਿੰਘ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਔਰ ਲੁੱਟ ਦੀ ਵਾਰਦਾਤ ਪੁਲਿਸ ਨੂੰ ਦੱਸ ਦਿੱਤਾ। ਪੁਲਿਸ ਨੂੰ ਜਦੋਂ ਸ਼ੱਕ ਹੋਇਆ, ਜਦੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਤਾਂ ਇਸ ਸ਼ਖਸ ਨੇ ਕਬੂਲ ਕੀਤਾ ਕਿ ਉਹ ਜੂਏ ਦੇ ਵਿੱਚ 25 ਲੱਖ ਹਾਰ ਗਿਆ ਸੀ ਔਰ ਫਿਰ ਉਸਨੇ ਬਹਾਨਾ ਬਣਾ ਕੇ ਆਪਣੇ ਪਿਤਾ ਨੂੰ ਗੱਡੀ ਦੇ ਵਿੱਚ ਬਿਠਾਇਆ। ਰਸਤੇ ਦੇ ਵਿੱਚ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਔਰ ਲੋਕਾਂ ਨੂੰ ਪੁਲਿਸ ਨੂੰ ਇਹ ਕਹਿ ਦਿੱਤਾ ਕਿ ਬਾਈਕ ਸਵਾਰਾਂ ਨੇ ਉਹਨਾਂ ਤੇ ਹਮਲਾ ਕੀਤਾ। ਪੁਲਿਸ ਨੇ ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ। ਅਗਰ ਅਸੀਂ ਲੌਜੀਕਲੀ ਟਾਈਮ ਨੂੰ ਵੀ ਲੈ ਕੇ ਚੱਲੀਏ ਤੇ 17 ਮਿੰਟ ਕਿਸੇ ਵਾਰਦਾਤ ਨੂੰ ਨਹੀਂ ਲੱਗਦੇ ਹੁੰਦੇ। ਵਾਰਦਾਤ ਦਾ ਸਮਾਂ 30 ਸੈਕਿੰਡ 35 ਸੈਕਿੰਡ 1 ਮਿੰਟ ਦਾ ਹੁੰਦਾ ਤੇ ਇਹ ਡਿਲੇ ਜੋ ਸੀਗਾ ਇਹ ਡਿਲੇ ਵੀ ਕੰਟਰੋਲ ਨਹੀਂ ਹੋ ਰਿਹਾ ਸੀ। ਉਸ ਤੋਂ ਬਾਅਦ ਜੋ ਦੂਜੀ ਗੱਲ ਜੋ ਸਾਨੂੰ ਲੱਗੀ ਸੀ ਉਹ ਇਹ ਸੀਗੀ, ਇਹ ਕਹਿੰਦਾ ਸੀ ਜੀ ਸਾਨੂੰ ਇਹਦੀ ਗੱਡੀ ਨਜ਼ਰ ਆਈ ਸੀ ਕੈਮਰਿਆਂ ਦੇ ਵਿੱਚ ਐਟ 4:58 AM, ਜਿਹਦਾ ਮਤਲਬ ਬਾਕੀ ਸਾਰੀ ਚੀਜ਼ਾਂ ਟੈਸਟ ਕੀਤੀਆਂ ਗਈਆਂ। ਉਹਦੇ ਨਾਲ ਸਾਡੇ ਸਾਹਮਣੇ ਇੱਕ ਹੋਰ ਗੱਲ ਆਈ, ਉਹ ਗੱਲ ਇਹ ਆਈ ਕਿ ਇੱਕ ਤੋਂ ਜੋ ਮੁੰਡਾ ਹੈਗਾ ਇਹ ਜੂਆ ਖੇਡਣ ਦਾ ਆਦੀ ਸੀ ਅਤੇ ਇਹ ਵੀ ਲੱਗ ਰਿਹਾ ਸੀ ਕਿ ਇਹਨੇ ਰੀਸੈਂਟਲੀ ਕਾਫੀ ਪੈਸਾ ਹਾਰਿਆ। ਉਸ ਤੋਂ ਇਲਾਵਾ ਸਾਨੂੰ ਇਹ ਵੀ ਇਹਦੇ ਜੋ ਮੋਬਾਈਲ ਫੋਰੈਂਸਿਕਸ ਵਿੱਚ ਸਬੂਤ ਮਿਲੇ ਜਿਹਦੇ ਵਿੱਚ ਇਹ ਕਿਸੇ ਨਾਲ ਪਲੈਨ। ਪੁੱਤ ਨੇ ਜੂਏ ਦੇ ਵਿੱਚ ਹਾਰੇ ਸੀ 25 ਲੱਖ ਰੁਪਏ, ਤਾਂ ਕਰਕੇ ਕੀਤਾ ਪਿਓ ਦਾ ਕਤਲ। ਪੁਲਿਸ ਨੇ ਪੁੱਤ ਨੂੰ ਗ੍ਰਿਫਤਾਰ ਕਰ ਲਿਆ। ਦੱਸਦੀ ਹੈ ਕਿ ਗੱਡੀ ਤੇ ਹੋਏ ਹਮਲੇ ਦੇ ਵਿੱਚ ਹੁਣ ਨਵਾਂ ਮੋੜ ਸਾਹਮਣੇ ਆਇਆ। ਇਹ ਲੁੱਟ ਨਹੀਂ ਸੀ ਬਲਕਿ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਵਾਰਦਾਤ ਕੀਤੀ ਗਈ ਸੀ, ਉਹ ਵੀ ਕਿਸੇ ਹੋਰ ਨੇ ਨਹੀਂ ਸਗੋਂ ਪੁੱਤ ਨੇ ਹੀ ਆਪਣੇ ਪਿਓ ਦਾ ਕਤਲ ਕੀਤਾ ਸੀ। ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮਰਾੜ ਕਲਾਂ ਦੇ ਵਿੱਚ ਕਾਰ ਸਵਾਰਾਂ ਤੇ ਹੋਏ ਹਮਲੇ ਦੇ ਵਿੱਚ ਹੁਣ ਇੱਕ ਨਵਾਂ ਮੋੜ ਸਾਹਮਣੇ ਆਇਆ। ਜਿਸ ਸ਼ਖਸ ਦਾ ਕਤਲ ਕੀਤਾ ਗਿਆ ਸੀ ਉਸਦੇ ਪੁੱਤ ਨੇ ਹੀ ਇਹ ਵਾਰਦਾਤ ਕੀਤੀ ਸੀ। ਦੱਸਦੀ ਹੈ ਕਿ 25 ਲੱਖ ਰੁਪਏ ਆਨਲਾਈਨ ਜੂਏ ਦੇ ਵਿੱਚ ਹਾਰ ਗਿਆ ਔਰ ਉਸਦੇ ਪਿਤਾ ਨੇ ਜਦੋਂ ਪੈਸੇ ਮੰਗੇ ਤਾਂ ਇਸਦੇ ਵੱਲੋਂ ਇਹ ਵਾਰਦਾਤ ਕੀਤੀ ਗਈ। ਉਸਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਸਨੇ ਚੰਡੀਗੜ੍ਹ ਪੈਸੇ ਕਿਸੇ ਕੰਪਨੀ ਦੇ ਵਿੱਚ ਲਗਾਏ ਹੋਏ ਨੇ। ਹੁਣ ਜਦ ਪਿਤਾ ਨੇ ਉਸ ਤੋਂ ਪੈਸਿਆਂ ਸੰਬੰਧੀ ਮੰਗ ਕੀਤੀ ਤਾਂ ਪਿਆਰਜੀਤ ਸਿੰਘ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਔਰ ਲੁੱਟ ਦੀ ਵਾਰਦਾਤ ਪੁਲਿਸ ਨੂੰ ਦੱਸ ਦਿੱਤਾ। ਪੁਲਿਸ ਨੂੰ ਜਦੋਂ ਸ਼ੱਕ ਹੋਇਆ, ਜਦੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਤਾਂ ਇਸ ਸ਼ਖਸ ਨੇ ਕਬੂਲ ਕੀਤਾ ਕਿ ਉਹ ਜੂਏ ਦੇ ਵਿੱਚ 25 ਲੱਖ ਹਾਰ ਗਿਆ ਸੀ ਔਰ ਫਿਰ ਉਸਨੇ ਬਹਾਨਾ ਬਣਾ ਕੇ ਆਪਣੇ ਪਿਤਾ ਨੂੰ ਗੱਡੀ ਦੇ ਵਿੱਚ ਬਿਠਾਇਆ। ਰਸਤੇ ਦੇ ਵਿੱਚ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਔਰ ਲੋਕਾਂ ਨੂੰ ਪੁਲਿਸ ਨੂੰ ਇਹ ਕਹਿ ਦਿੱਤਾ ਕਿ ਬਾਈਕ ਸਵਾਰਾਂ ਨੇ ਉਹਨਾਂ ਤੇ ਹਮਲਾ ਕੀਤਾ। ਪੁਲਿਸ ਨੇ ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ। ਅਗਰ ਅਸੀਂ ਲੌਜੀਕਲੀ ਟਾਈਮ ਨੂੰ ਵੀ ਲੈ ਕੇ ਚੱਲੀਏ
ਤੇ 17 ਮਿੰਟ ਕਿਸੇ ਵਾਰਦਾਤ ਨੂੰ ਨਹੀਂ ਲੱਗਦੇ ਹੁੰਦੇ। ਵਾਰਦਾਤ ਦਾ ਸਮਾਂ 30 ਸੈਕਿੰਡ 35 ਸੈਕਿੰਡ 1 ਮਿੰਟ ਦਾ ਹੁੰਦਾ ਤੇ ਇਹ ਡਿਲੇ ਜੋ ਸੀਗਾ ਇਹ ਡਿਲੇ ਵੀ ਕੰਟਰੋਲ ਨਹੀਂ ਹੋ ਰਿਹਾ ਸੀ। ਉਸ ਤੋਂ ਬਾਅਦ ਜੋ ਦੂਜੀ ਗੱਲ ਜੋ ਸਾਨੂੰ ਲੱਗੀ ਸੀ ਉਹ ਇਹ ਸੀਗੀ, ਇਹ ਕਹਿੰਦਾ ਸੀ ਜੀ ਸਾਨੂੰ ਇਹਦੀ ਗੱਡੀ ਨਜ਼ਰ ਆਈ ਸੀ ਕੈਮਰੇ ਦੇ ਵਿੱਚ ਐਟ 4:58 AM, ਜਿਹਦਾ ਮਤਲਬ ਬਾਕੀ ਸਾਰੀ ਚੀਜ਼ਾਂ ਟੈਸਟ ਕੀਤੀਆਂ ਗਈਆਂ। ਉਹਦੇ ਨਾਲ ਸਾਡੇ ਸਾਹਮਣੇ ਇੱਕ ਹੋਰ ਗੱਲ ਆਈ, ਉਹ ਗੱਲ ਇਹ ਆਈ ਕਿ ਇੱਕ ਤੋਂ ਜੋ ਮੁੰਡਾ ਹੈਗਾ ਇਹ ਜੂਆ ਖੇਡਣ ਦਾ ਆਦੀ ਸੀ ਅਤੇ ਇਹ ਵੀ ਲੱਗ ਰਿਹਾ ਸੀ ਕਿ ਇਹਨੇ ਰੀਸੈਂਟਲੀ ਕਾਫੀ ਪੈਸਾ ਹਾਰਿਆ। ਉਸ ਤੋਂ ਇਲਾਵਾ ਸਾਨੂੰ ਇਹ ਵੀ ਇਹਦੇ ਜੋ ਮੋਬਾਈਲ ਫੋਰੈਂਸਿਕਸ ਵਿੱਚ ਸਬੂਤ ਮਿਲੇ ਜਿਹਦੇ ਵਿੱਚ ਇਹ ਕਿਸੇ ਨਾਲ ਪਲੈਨ